ਦੇਖੋ ਸਾਥੀਓ, ਇਹ ਜਿਹੜਾ ਕੇਸ ਸੀਗਾ ਅੱਜ ਜਿਹੜੇ ਦਾ ਰੌਲਾ ਚੱਲ ਰਿਹਾ ਸੀ, ਉਸ ਦੇ ਵਿੱਚ ਜਿਹੜੀ ਸਾਰੀ ਗੱਲ ਕਲੀਅਰ ਹੋ ਗਈ ਆ। ਉਹਦੇ ਵਿੱਚ ਤਿੰਨ ਸੀਐਮਆ ਸੀ, ਇੱਕ ਸੀਐਮਆ ਜਿਹੜੀ ਉਹ ਅਜੇ ਪੈਂਡਿੰਗ ਦਿਖਾ ਰਿਹਾ ਸੀ, ਇੱਕ ਸੀਐਮਆ ਜਿਹੜੀ ਉਹ ਡਿਸਪੋਜ਼ ਆਫ ਹੋ ਗਈ ਸੀ, ਤੇ ਇੱਕ ਸੀਐਮਆ ਜਿਹੜੀ ਉਹਦੀ ਹੈਗੀ ਆ ਆਪਣਾ ਡੇਟ ਹੈ ਜਿਹੜੀ ਉਹ 10 ਅਗਸਤ ਪਈ ਆ। ਜਿਹੜਾ 45% ਵਾਲਾ ਮਾਮਲਾ ਐਸਸੀਬੀਸੀ ਦਾ ਉਹ ਹਜੇ ਕਲੀਅਰ ਨਹੀਂ ਹੋਇਆ, ਉਹ 10 ਅਗਸਤ ਡੇਟ ਪਈ ਆ। ਸੋ ਘਬਰਾਉਣ ਦੀ ਲੋੜ ਨਹੀਂ, ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ, ਠੀਕ ਆ। ਤੇ ਬਟ ਪ੍ਰਪੇਅਰ ਰਹੋ, ਕੋਈ ਚੱਕਰ ਨਹੀਂ, ਆਪਾਂ ਭਰਤੀ ਆ ਜਿਹੜੀ ਉਹ ਕਿਸੇ ਵੀ ਤਰ੍ਹਾਂ ਕਰਕੇ ਡੁੱਬਣ ਨਹੀਂ ਦਿੰਦੇ। ਸਾਰੇ ਤੁਸੀਂ ਨਾਲ ਹੋ, ਇਸ ਗੱਲ ਦਾ ਸਾਨੂੰ ਜਿਹੜਾ ਹੈਗਾ ਤੁਹਾਡੇ 'ਤੇ ਮਾਣ ਆ। ਜੈ ਜਨਤਾ, ਜੈ ਸੰਘਰਸ਼।